ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਪਿਓ ਧੀ ਸਨ ਯੂਕਰੇਨ ਤੋਂ ਆਏ ਧੀ ਨੂੰ ਥੋੜੀ ਅੰਗਰੇਜ਼ੀ ਆਉਂਦੀ ਪਿਓ ਬਿਲਕੁਲ ਹੀ ਕੋਰਾ ਕਿਰਾਏ ਦੇ ਦੋ ਘਰ ਵਿਖਾਉਣੇ ਸਨ ਉੱਤੀ ਨੂੰ ਆਪਣੀ ਬੋਲੀ ਚ ਕੁਝ ਆਖਦਾ ਧੀ ਅੱਗੇ ਉਹ ਮੈਨੂੰ ਪੁੱਛਦੀ ਮੈਂ ਦੱਸਦਾ ਉਹ ਫਿਰ ਪਿਓ ਨੂੰ ਸਮਝਾਉਂਦੀ ਦੋਵੇਂ ਘਰ ਪਸੰਦ ਨਾ ਆਏ ਮੈਂ ਉੱਥੋਂ ਤੁਰਨ ਲੱਗਾ ਊਬਰ ਦੀ ਉਡੀਕ ਵਿੱਚ ਦੋਵੇਂ ਦੂਰ ਜਾ ਖਲੋਤੇ ਮੈਨੂੰ ਲੱਗਿਆ ਜਿੱਦਾਂ ਰੋ ਰਿਹਾ ਹੋਵੇ ਮੈਂ ਕੋਲ ਗਿਆ ਮੈਨੂੰ ਕੋਲ ਆਉਂਦੇ ਨੂੰ ਵੇਖ ਮੇਰੇ ਵੱਲ ਪਿੱਟ ਕਰ ਲਈ ਧੀ ਨੂੰ ਪੁੱਛਿਆ ਕੀ ਗੱਲ ਹੋਈ ਆਖਣ ਲੱਗੀ ਆਪਣੇ ਦੇਸ਼ ਨੂੰ ਯਾਦ ਕਰੀ ਜਾਂਦਾ ਹੈ ਕੀਵ ਤੋਂ 300 ਕਿਲੋਮੀਟਰ ਦੂਰ ਕਲਮ ਕਲਾ ਪਿੰਡ ਜੰਗਲ ਪਹਾੜ ਦਰਿਆ ਫਸਲਾਂ ਜਾਨਵਰ ਧੁੱਪ ਛਾਵਾਂ ਰਿਸ਼ਤੇਦਾਰ ਯਾਰ ਬੇਲੀ ਮਿੱਤਰ ਪਿਆਰੇ ਡੰਗਰ ਬੱਚਾ ਸਹੀ ਬਿੱਲੀਆਂ ਕੁੱਤੇ ਹੌਣ ਪਾਣੀ ਗੀਤ ਸੰਗੀਤ ਨਾਚ ਗਾਣੇ ਸਭ ਕੁਝ ਛੱਡਣਾ ਪਿਆ ਇੱਕੋ ਝਟਕੇ ਵਿੱਚ ਰੂਸੀ ਫੌਜੀਆਂ ਦੇ ਬੜੇ ਤਰਲੇ ਪਾਏ ਅਸਾਂ ਕੀ ਲੈਣਾ ਐ ਜੰਗ ਤੋਂ ਸਾਨੂੰ ਇੱਥੇ ਰਹਿਣ ਦਿਓ ਆਪਣੀ ਖਾਂਦੇ ਆਪਣਾ ਕਮਾਉਂਦੇ ਅੱਗੋਂ ਆਖਣ ਲੱਗੇ ਥਾਂ ਹੁਣ ਸਾਡੇ ਕਬਜ਼ੇ 'ਚ ਐ ਜਾਣਾ ਪੈਣਾ ਹੁਣ ਇੱਧਰ ਇਸਦਾ ਜੀ ਨਹੀਂ ਲੱਗਦਾ ਕਹਿੰਦਾ ਛੇਤੀ ਵਾਪਸ ਪਰਤ ਜਾਣਾ ਐ ਆਖਣ ਲੱਗੀ ਤੈਨੂੰ ਸਮਝ ਨਹੀਂ ਆਉਣੀ ਜਿਸ ਮਾਨਸਿਕ ਅਵਸਥਾ ਵਿੱਚੋਂ ਦੀ ਮੇਰਾ ਬਾਪ ਲੰਘ ਰਿਹਾ ਐ ਮੈਂ ਕੋਈ ਜਵਾਬ ਨਾ ਦਿੱਤਾ ਪਰ ਦਿਲ 'ਚ ਜ਼ਰੂਰ ਆਖਿਆ ਕਮਲਿਏ ਕਿ ਇਹਨੂੰ ਸਮਝਾ ਰਹੀ ਹੈ ਇਹਨੂੰ ਜਿਹਦਾ ਬਾਪ ਅਖੀਰ ਤਿੱਕਰ ਨਾਰੋਵਾਲ ਕੋਲ ਡੁਮਾਲੇ ਪਿੰਡ ਦੇ ਸੁਪਨੇ ਲੈਂਦਾ ਮੁੱਕ ਗਿਆ ਅਟਾਰੀ ਸਟੇਸ਼ਨ ਤੇ ਨੌਕਰੀ ਕਰਦੇ ਆ ਇੱਕ ਪਾਕਿਸਤਾਨੀ ਡਰਾਈਵਰ ਅਕਸਰ ਆਖਦਾ ਸਰਦਾਰਾ ਦਸ ਤੇਰੇ ਜੋਗੀ ਕਿਹੜੀ ਸ਼ੈਲਿਆਵਾ ਤਾਂ ਕਮਲੇ ਨੇ ਆਪਣੇ ਪਿੰਡ ਦੀ ਮਿੱਟੀ ਮੰਗ ਲਈ ਉਹ ਇਦੋਂ ਵੀ ਵੱਡਾ ਕਮਲਾ ਨਿਕਲਿਆ ਉਚੇਚਾ ਜਾ ਕੇ ਲੈ ਵੀ ਆਇਆ ਫਿਰ ਅਟਾਰੀ ਟੇਸ਼ਨ ਤੇ ਦੋਵੇਂ ਕਮਲੇ ਬੜਾ ਰੋਏ ਉਹ ਜਲੰਧਰ ਨੂੰ ਯਾਦ ਕਰਕੇ ਤੇ ਮੇਰੇ ਵਾਲਾ ਨਾਰੋਵਾਲ ਦੀ ਲਫਾਫੇ ਬੰਦ ਮਿੱਟੀ ਨੂੰ ਸੀਨੇ ਨਾਲ ਠੋਕ ਘਟ ਕੇ ਦੋਸਤੋ ਜਿਉਂਦੇ ਜੀ ਛੱਡਣੇ ਮੁੱਖ ਜਾਨ ਮਗਰੋਂ ਛੱਡ ਦੇਣ ਨਾਲੋਂ ਵੀ ਕਿਤੇ ਵੱਧ ਦੁਖਦਾਈ ਹੁੰਦੇ ਮਾਈ ਨੀ ਮੈਂ ਕਿਨੂ ਅੱਖਾਂ ਦਰਦ ਵਿੱਚ ਛੋੜੇ ਦਾ ਹਾਲ ਨੀ ਸੂਲਾਂ ਦਾ ਸਾਲਣ ਆਹਾਂ ਦੀ ਰੋਟੀ ਸਾਹਾਂ ਦਾ ਬਾਲਣ ਬਾਲ ਮਾਈ ਨੀ ਮੈਂ ਕਿਨੂ ਅੱਖਾਂ ਦਰਦ ਵਿੱਚ છોੜੇ ਦਾ ਹਾਲ ਨਹੀਂ ਧੰਸਨ ਉਹ ਵਡੇਰੇ ਜਿਨ੍ਹਾਂ ਰੂਹਾਂ ਤੇ ਵੱਡੇ ਪੱਥਰ ਰੱਖ ਸਭ ਕੁਝ ਸਦੀਵੀ ਛੱਡ ਦਿੱਤਾ ਤੇ ਇੱਧਰ ਮਿਲੇ ਪਨਾਹਿਆਂ ਦੇ ਖਿਤਾਬ ਖੈਰ ਲੰਮੇ ਬਰਤਾਂਤ ਫਿਰ ਕਦੇ ਸੀ ਪਰ ਕਿਸੇ ਦਾ ਵੇਖ ਆਪਣੇ ਜ਼ਖਮ ਤਾਂ ਘਰੇਦੇ ਹੀ ਜਾਂਦੇ ਧੰਨਵਾਦ ਅਗਲੀ ਕਹਾਣੀ ਕਿਉਂਕਿ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਵਾਲੀ ਸੀਟ ਤੇ ਵੀ ਮੈਂ ਹੀ ਬੈਠਦਾ ਦੂਜੇ ਬੱਚੇ ਖਲੋਤੇ ਹੋਏ ਨੂੰ ਥੋੜਾ ੱਤਕਾ ਲਾਉਂਦੇ ਸਟੈਂਡ ਤੋਂ ਉਤਰਨ ਲੱਗਦਾ ਤੇ ਮੈਂ ਸੀਟ ਤੋਂ ਥੋੜਾ ਉੱਪਰ ਉੱਠ ਬ੍ਰੇਕ ਟੇਖ ਹੋ ਜਾਂਦਾ ਫਿਰ ਹੌਲੀ ਹੌਲੀ ਬ੍ਰੇਕ ਛੱਡਦਾ ਸਕੂਟਰ ਫੇਰ ਮਗਰ ਨੂੰ ਆ ਜਾਂਦਾ ਕਲਚ ਨੱਪ ਪਹਿਲੇ ਗিয়ার ਚ ਪਾਏ ਹੋਏ ਨੂੰ ਉੰਜ ਹੀ ਛੱਡ ਹੋਰ ਖੇਡਾਂ ਖੇਡਣ ਲੱਗ ਜਾਂਦੇ ਡੈਡੀ ਆਉਂਦਾ ਬੇਤਿਆਨੀ ਚ ਕਿੱਕ ਮਾਰਦਾ ਗিয়ার ਚ ਪਿਆ ਸਟਾਰਟ ਹੋ ਸਟੈਂਡ ਤੋਂ ਉਤਰ ਕੇ ਅੱਗੇ ਕੰਧ 'ਚ ਵੱਜਦਾ ਉਹ ਗੁੱਸੇ ਚ ਆਇਆ ਇੰਨੀ ਗੱਲ ਵੀ ਨਾ ਪੁੱਛਦਾ ਕਿ ਸੀਟ ਤੇ ਕੌਣ ਸੀ بس ਮੇਰੇ ਚਪੇੜਾਂ ਛੱਡ ਦਿੰਦਾ ਬਾਕੀ ਮੈਨੂੰ ਕੁੱਟ ਪੈਂਦੀ ਨੂੰ ਵੇਖ ਹਰਨ ਹੋ ਜਾਂਦੇ ਤੇ ਜਦੋਂ ਡੈਡੀ ਅੱਖੋਂ ਲੀ ਹੋ ਜਾਂਦਾ ਤਾਂ ਉਹ ਇੱਕ ਵੇਰ ਫੇਰ ਹੌਲੀ ਹੌਲੀ ਵੇੜੇ 'ਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਮੈਂ ਆਖਦਾ ਹੁਣ ਤੁਹਾਨੂੰ ਕਦੀ ਵੀ ਆਪਣੇ ਸਕੂਟਰ ਤੇ ਨਹੀਂ ਬਿਠਾਉਣਾ ਤੁਸੀਂ ਮੈਨੂੰ ਕੁੱਟ ਪੁਆਈ ਇਹਨੇ ਨੂੰ ਕਾਲੇ ਬੱਦਲ ਚੜਾਉਂਦੇ ਹਨੇਰੀ ਵਗਣੋਂ ਲੱਗਦੀ ਸਭ ਬਾਹਰ ਲੱਗੇ ਜਾਮਣ ਦੇ ਰੁੱਖੇ ਠਾਂ ਇਕੱਠੇ ਹੋ ਜਾਂਦੇ ਕਿਉਂਕਿ ਜਾਮਣ ਸਾਡੀ ਪਹਿਲੀ 'ਚ ਸੀ ਸੋ ਮੈਂ ਆਖਦਾ ਮੇਰੇ ਸਾਰੇ ਜਾਮਣ ਇਕੱਠੇ ਕਰਕੇ ਪਹਿਲਾਂ ਮੈਨੂੰ ਦਿਓ ਮੈਂ ਫੇਰ ਆਪਣੇ ਹਿਸਾਬ ਨਾਲ ਵੰਡਾਂਗਾ ਉਹ ਨਾ ਮੰਨਦੀ ਮੈਂ ਸ਼ਿਕਾਇਤ ਲਾਉਣ ਅੰਦਰ ਆਉਂਦਾ ਜਦੋਂ ਨੂੰ ਦਾਦੀ ਬਾਹਰ ਆਉਂਦੀ ਉਹਦੋਂ ਤੱਕ ਉਹ ਝੋਲੀਆਂ ਭਰ-ਪਰਕ ਦੇਦੇ ਚਾ ਚੁੱਕੇ ਹੁੰਦੇ ਮੇਰੇ ਜੋਗੇ ਬਸ ਕਾਣੇ ਟੁੱਕੇ ਹੀ ਰਹਿ ਜਾਂਦੇ ਦਾਦੀ ਨੂੰ ਬੁਰਾ ਭਲਾ ਆਖਦਾ ਉਹ ਆਖਦੀ ਪੁੱਤ ਬਾਕੀ ਵੀ ਤਾਂ ਆਪਣੇ ਹੀ ਨੇ ਮਗਰੋਂ ਮੈਂ ਇਕੱਲਾ ਉਹਨਾਂ ਬਗੈਰ ਖੜੀ ਵੀ ਨਾ ਕੱਢਦਾ ਇੱਕ ਵਾਰ ਫੇਰ ਲੱਭਣ ਤੁਰ ਪੈਂਦਾ ਦਾਦੀ ਮਗਰੋਂ ਵਾਜਾ ਮਾਰਦੀ ਜਾਂਦੀ ਹੁਣ ਮੁੜ ਕੇ ਨਾ ਲੜੀ ਉਹ ਦੂਰ ਮੋਟੀ ਧਾਰ ਵਾਲੀ ਚੱਲਦੀ ਬੰਬੀ ਦੇ ਵਿੱਚ ਬੱਚੇ ਚ ਲੱਤਾਂ ਲਮਕਾ ਕੇ ਬੈਠੇ ਹੁੰਦੇ ਫਿਰ ਇੱਕ ਨੂੰ ੱਤਕਾ ਵੱਜਦਾ ਚ ਬੱਚੇ ਚ ਜਾ ਪੈਂਦਾ ਕੱਪੜੇ ਗਿੱਲੇ ਹੋ ਜਾਂਦੇ ਉਹ ਦੂਜੇ ਨੂੰ ਵੀ ਅੰਦਰ ਖਿੱਚ ਲੈਂਦਾ ਫਿਰ ਕਮਸਾਨ ਮੱਚ ਜਾਂਦਾ ਫਿਰ ਸਾਰੇ ਪਾਣੀ ਦੀਆਂ ਖੇਡਾਂ ਖੇਡਣ ਚ ਮਸਤ ਹੋ ਜਾਂਦੇ ਗਿੱਲੇ ਹੋਏ ਆਪੇ ਸੁੱਕ ਵੀ ਜਾਂਦੇ ਗਰਮੀਆਂ ਦੀ ਦੁਪਹਿਰ ਹਰ ਘੜੀ ਖੇਡੀ ਜਾਂਦੀ ਇੱਕ ਨਵੀਂ ਖੇਡ ਫਿਰ ਘਰੋਂ ਆਵਾਜ਼ਾਂ ਪੈਂਦੀਆਂ ਵੇ ਰੋਟੀ ਖਾ ਲੋ ਰੋਹੀ ਸਿਲਸਿਲਾ ਲੂਣ ਘੱਟ ਮਿਰਚ ਜ਼ਿਆਦਾ ਆ ਨਹੀਂ ਖਾਣਾ ਉਹ ਬਣਾ ਕੇ ਦਿਓ ਉਹਨੂੰ ਜ਼ਿਆਦਾ ਮੈਨੂੰ ਘੱਟ ਉਹਦਾ ਵੱਡਾ ਮੇਰਾ ਛੋਟਾ ਮਗਰ ਉਹ ਰੁੱਸ ਲੜ ਕੇ ਰੋ ਰੱਜ ਕੇ ਖਾਂਦੀ ਖਾਦੀ ਮਗਰ ਉਹ ਨੀਂਦ ਆ ਜਾਂਦੀ ਜਦੋਂ ਜਾਗ ਆਉਂਦੀ ਦਿਨ ਢਲ ਰਿਹਾ ਹੁੰਦਾ ਸਾਰਾ ਘਰ ਉਹ ਆਪੋ ਆਪਣੇ ਘਰਾਂ ਚੋਂ ਬਾਹਰ ਨਿਕਲ ਆਉਂਦਾ ਆਪਣੇ ਜੋਟੀਦਾਰ ਲੱਭਦਾ ਗੁੱਲੀ ਡੰਡਾ ਬੰਟੇ ਪਿੱਠੂ ਗਰਮ ਸਟਾਪੂ ਹੋਰ ਵੀ ਕਿੰਨਾ ਕੁਝ ਸਾਨੂੰ ਬਾਹਰੋਂ ਖੂਹ ਤੋਂ ਆਏ ਡੰਗਰਾਂ ਦਾ ਇੰਤਜ਼ਾਰ ਹੁੰਦਾ ਆਪੋ ਆਪਣੀ ਵੰਡ ਲਈ ਸੀਲ ਮੱਝ ਦੀ ਪਿੱਠ ਤੇ ਸਵਾਰ ਹੋਣ ਦਾ ਇੰਤਜ਼ਾਰ ਉਹ ਕੁਝ ਨਾ ਆਖਦੀ ਪਰ ਕਈ ਵਾਰ ਠੰਡੀ ਹੋਣ ਛੱਪੜ 'ਚ ਜ਼ਰੂਰ ਜਾਵੜਦੀ ਪੂਜ ਫੜਲਣ ਦੇ ਤਰਨਾ ਪਤਾ ਨਹੀਂ ਕਿਦਾਂ ਆ ਗਿਆ ਸੀ ਗੰਦੇ ਮਹਿਲੇ ਕੱਪੜੇ ਗਾਰੇ ਨਾਲ ਲਿਬੜੀ ਜੁੱਤੀ ਦਾ ਗਵਾਚ ਗਿਆ ਪੈਰ ਛਿੜਕਾਂ ਗਾਲਾਂ ਤੇ ਕਈ ਵਾਰ ੱੱਕਾ ਮੁੱਕੀ ਵੀ ਫਿਰ ਇਸ ਢੀਠ ਗਰੁੱਪ ਨੂੰ ਰੋਟੀ ਖਾ ਕੋਠਿਆਂ ਤੇ ਚੜਵੀ ਕੋਈ ਨਾ ਕੋਈ ਖੇਡ ਸੁਝਦੀ ਰਹਿੰਦੀ ਥਕੇਵਾ ਕਿਸ ਸ਼ਹਿ ਦਾ ਨਾਮ ਹੈ ਕੁਝ ਪਤਾ ਨਹੀਂ ਫਿਰ ਮੰਜੇ ਤੇ ਪਿਆ ਪਿਆਈ ਡਰਾਉਣੀਆਂ ਆਵਾਜ਼ਾਂ ਬੋੜ ਵਾਲਾ ਭੂਤ ਤਰੇਕ ਵਾਲੀ ਆਤਮਾ ਤੇ ਰੇਲ ਦੀ ਲਾਈਨ ਵਾਲੀ ਰੂ ਫਿਰ ਇਕੱਠੇ ਕੀਤੇ ਤਰਖੋਨੇ ਬੋਕਰ ਦੇ ਤੀਲੇ ਸਿਰੇ ਤੇ ਲਾ ਬਹੁਤ ਦੂਰ ਤੱਕ ਮਾਰ ਕਰਿਆ ਕਰਦੇ ਗੁਲੇਲ ਤਾਂ ਬਿਨਾ ਆਵਾਜ਼ ਦੀ ਬੰਦੂਕ ਹੁੰਦੀ ਸੀ ਦੋਸਤੋ ਇਹ ਤਾਂ ਸੀ 3-4 ਦਹਾਕੇ ਪਹਿਲਾਂ ਪਿੰਡ ਦੀਆਂ ਗਰਮੀਆਂ ਦੀ ਇੱਕ ਲੰਮੀ ਦੁਪਹਿਰ ਮਿੱਠੀ ਮਿੱਠੀ ਸ਼ਾਮ ਤੇ ਤਾਰਿਆਂ ਦੀ ਛਾਵੇਂ ਕੱਟੀਆਂ ਕਿੰਨੀਆਂ ਸਾਰੀਆਂ ਰਾਤਾਂ ਦੀ ਅੰਸ਼ ਮਾਤਰ ਦਾਸ ਤਾਂ ਜਿਸ ਉੱਤੇ ਕਿਸੇ ਸੈੱਲ ਫੋਨ ਜਾਂ ਆਈਪੈਡ ਦਾ ਕਬਜ਼ਾ ਨਹੀਂ ਸੀ ਹੋਇਆ ਧੰਨਵਾਦ ਅਗਲੀ ਕਹਾਣੀ ਪੋ ਦੀ ਇੱਕ ਚਾਨਣੀ ਰਾਤ ਅੱਧੀ ਰਾਤ ਵੇਲੇ ਥੋੜੀ ਜੀ ਠੰਡ ਮਹਿਸੂਸ ਹੋਈ ਘੜੀ ਵੇਖੀ ਤਾਂ ਪੂਰੇ 2 ਵਜੇ ਸਨ ਫਿਰ ਵੇਖਿਆ ਅੱਧੋਂ ਜ਼ਿਆਦਾ ਰਜਾਈ ਮੰਜੇ ਤੋਂ ਹੇਠਾਂ ਡਿੱਗੀ ਪਈ ਸੀ ਛੇਤੀ ਨਾਲ ਉੱਪਰ ਚੁੱਕੀ ਆਲਾ ਦਵਾਲਾ ਟਕਿਆ ਪਰ ਫਿਰ ਨੀਂਦਰ ਬਿਲਕੁਲ ਵੀ ਨਾ ਪਈ ਸੁਰਤ 2 ਸਾਲ ਪਿੱਛੇ ਚਲੀ ਗਈ ਰੇਸ਼ਮ ਕੌਰ ਜੀ ਬਿਮਾਰ ਨਹੀਂ ਸੀ ਪਈ ਇੱਕ ਸਵੇਰ ਥੋੜੀ ਗੁੱਸੇ ਚ ਆਖਣ ਲੱਗੀ ਕੱਲ ਤੋਂ ਮੈਂ ਆਪਣੀ ਵੱਖਰੀ ਰਜਾਈ ਲੈ ਕੇ ਸੌਣਾ ਕਰਨਾ ਤੁਹਾਡੇ ਉੱਚੇ ਉੱਚੇ ਕੁਹਾੜੇ ਤੇ ਦੂਜਾ ਸਾਰੀ ਰਾਤ ਉਸਲ ਵਿਟੇ ਲੈਂਦੀ ਹਿਲਜੁਲ ਮੈਂ ਸਵੇਰੇ ਉੱਠ ਨਿਤਨੇਮ ਵੀ ਕਰਨਾ ਹੁੰਦਾ ਮੈਂ ਪਹਿਲਾਂ ਤਾਂ ਚੁੱਪ ਰਿਆ ਫਿਰ ਆਖ ਹੀ ਦਿੱਤਾ ਕਿ ਭਾਗਵਾਨੇ ਕਿਹੜੇ ਘਰਾਣੇ ਤੇ ਕਿਹੜੀ ਹਿਲਜੁਲ ਮੇਰੀ ਮਾਂ ਤੇ ਅਕਸਰ ਆਖਿਆ ਕਰਦੀ ਸੀ ਕਿ ਮੇਰਾ ਪੁੱਤ ਤੇ ਸੌਂਦਾ ਹੀ ਬੜੇ ਆਰਾਮ ਨਾਲ ਇੱਕ ਵਾਰ ਜਿੱਧਰ ਪੈ ਗਿਆ ਬਸ ਪੈ ਗਿਆ ਅੱਗੇ ਹੱਸ ਪਈ ਕਿ ਸਾਰੀ ਰਾਤ ਤਿੰਨ ਚਾਰ ਵੇਰ ਏਠਾ ਡਿੱਗੀ ਰਜਾਈ ਤੇ ਮੈਂ ਖੁਦ ਚੁੱਕਦੀ ਆਂ ਕੱਲ ਨੂੰ ਕੱਲਿਆਂ ਸੌਣਾ ਪਿਆ ਤਾਂ ਫਿਰ ਪਤਾ ਲੱਗੂ ਰੇਸ਼ਮ ਕੌਰ ਸਹੀ ਆਖਦੀ ਸੀ ਕੀ ਗੱਲ ਅਗਲੇ ਦਿਨ ਸੌਣ ਲੱਗਾ ਤਾਂ ਵੇਖਿਆ ਫਿਰ ਇੱਕੋ ਰਜਾਈ ਸੀ ਛੇੜਦੇ ਆਂ ਪੁੱਛ ਲਿਆ ਤੇਰੀ ਵਖਰੀ ਰਜਾਈ ਕਿੱਥੇ ਆਖਣ ਲੱਗੀ ਇੱਕੋ ਰਜਾਈ 'ਚ ਕਿੰਨਾ ਕੁਝ-ਕੁਝ ਪਤਾ ਲੱਗਦਾ ਰਹਿੰਦਾ ਏ ਕਿਹੜਾ ਪਾਸਾ ਨੰਗਾ ਏ ਕਿਹੜਾ ਟਕਿਆ ਕੱਲ ਨੂੰ ਜੇ ਠੰਡ ਲੱਗ ਗਈ ਤਾਂ ਫੇਰ ਅਲਸੀ ਦੀਆਂ ਪਿੰਨੀਆਂ ਖਾਂਦੇ ਫਿਰੋਗੇ ਦੋ ਮਹੀਨੇ ਪਹਿਲਾਂ ਲੰਮੇ ਸਫ਼ਰ ਤੇ ਤੁਰ ਗਈ ਨੇ ਅੱਜ ਵਾਪਸ ਪਰਤ ਇੱਕ ਵਾਰ ਫੇਰ ਅਹਿਸਾਸ ਕਰਵਾ ਦਿੱਤਾ ਕਿ ਇਨਸਾਨ ਕਿੰਨਾ ਕੱਲਾ ਤੇ ਅਧੂਰਾ ਰਹਿ ਜਾਂਦਾ ਏ ਇੱਕ ਜੀਵਨ ਸਾਥੀ ਤੋਂ ਬਗੈਰ ਧੰਨਵਾਦ